ਆ ਭਰਾ ਸੀ ਆਪਣਾ ਭਾਜੀ ਠੀਕ ਆ ਜੀ ਇਹਨੂੰ ਕੁਛ ਮੁੰਡੇ ਘਰੋਂ ਲੈ ਕੇ ਗਏ ਸੀ ਅਤੇ ਹੁਣ ਉਹਨੂੰ ਮੈਨੂੰ ਪਤਾ ਲੱਗਾ ਕਰੀਬ 12 ਵਜੇ ਇਹਨਾਂ ਨੂੰ ਘਰੋਂ ਲੈ ਕੇ ਗਏ ਸੀ ਹੁਣ ਆਪਾਂ ਨੂੰ ਫੋਨ ਆਇਆ ਪੁਲਿਸ ਆਈ ਸਾਡੇ ਘਰੇ ਅਤੇ ਪਤਾ ਲੱਗਾ ਕਿ ਇਹਨੂੰ ਵੜਦ ਗਏ ਨੇ ਅਤੇ ਹੁਣ ਆਪਾਂ ਇਹੋ ਚਾਹੁੰਦੇ ਹਾਂ ਕਿ ਪੁਲਿਸ ਇਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਸਾਡੇ ਘਰ ਆਇਆ ਸੀ ਸਾਡੇ ਮੁੰਡੇ ਨੂੰ 1:30 ਵਜੇ ਨੂੰ ਫੋਨ ਕੀਤਾ ਸੀ ਆ ਚੱਲੀਏ ਕੰਮ ਆ ਪਤਾ ਨਹੀਂ ਕਿਹੜੇ ਕੰਮ ਉਹਨੇ ਖੜਿਆ ਕਿਹੜੇ ਨਹੀਂ ਠੀਕ ਹੈ ਬਾਕੀ ਸਾਨੂੰ ਇਤਲਾਹ ਮਿਲੀ ਹੈ ਕਿ ਤੁਹਾਡਾ ਮੁੰਡਾ ਨਹਿਰ ਦੇ ਵਿੱਚ ਮਾਰ ਕੇ ਵੱਢ ਕੇ ਸੁੱਟ ਗਏ ਨੇ ਅਸੀਂ ਕਾਰਵਾਈ ਇਹੋ ਕਰਨੀ ਕਿ ਇਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਫਾਂਸੀ ਦੀ ਸਜ਼ਾ ਹੋਵੇ ਅੱਜ DSP ਸਰਦਾਰ ਬਲਵੀਰ ਸਿੰਘ ਫਤਿਹਗੜ੍ਹ ਚੂੜੀਆਂ ਦਾ ਟੈਲੀਫੋਨ ਆਇਆ ਸੀਗਾ ਕਿ ਚੌਂਕੀ ਇੰਚਾਰਜ ਭੰਨੇ ਜੀ ਗੁਰਵਿੰਦਰ ਸਿੰਘ ਐਸਏ ਜਿਹੜੇ ਨੇ ਉਹ ਉੱਥੇ ਗਏ ਨੇ ਆਪਣੇ ਡਰੇਨ ਦੇ ਉੱਤੇ ਉੱਥੇ ਕੋਈ ਡੈੱਡ ਬੋਡੀ ਪਈ ਆ ਅਤੇ ਮੌਕੇ 'ਤੇ ਮੈਂ ਵੀ ਇੱਥੇ ਪੁੱਜਾ ਹਾਂ ਜਿਹੜੇ ਆ ਕੇ ਦੇ ਮੌਕੇ 'ਤੇ ਸ਼ਨਾਖਤ ਕੀਤੀ ਗਈ ਹੈ ਜੋ ਮ੍ਰਿਤਕ ਦੀ ਜਿਹੜੀ ਸ਼ਨਾਖਤ ਆ ਸਤਿੰਦਰਜੀਤ ਸਿੰਘ ਉਰਫ ਚੰਨ ਸਨ ਉਹ ਸੁਖਵਿੰਦਰ ਸਿੰਘ ਵਾਰਡ ਨੰਬਰ 10 ਫਤਿਹਗੜ੍ਹ ਚੂੜੀਆਂ ਵਜੋਂ ਹੋਈ ਆ ਉਹਦੇ ਘਰ ਦੇ ਜਿਹੜੇ ਆ ਗਏ ਨੇ ਡੈੱਡ ਬੋਡੀ ਨੂੰ ਕਬਜ਼ਾ ਪੁਲਿਸ 'ਚ ਲਿਆ ਗਿਆ ਆ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਆ ਉਹਨਾਂ ਦੇ ਸਟੇਟਮੈਂਟ ਲੈ ਕੇ ਜਿਹੜੀ ਕਾਰਵਾਈ ਕਰਾਵਾਂਗੇ।